ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਪ੍ਰੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਸੋ ਅੱਜ ਦਾ ਵੀਡੀਓ ਖਾਸ ਹੈ ਕੈਨੇਡਾ ਵਾਲੇ ਸਟੂਡੈਂਟਸ ਲਈ। ਬਹੁਤ ਸਾਰੇ ਸਟੂਡੈਂਟ ਦੇ ਸਵਾਲ ਮਿਲ ਰਹੇ ਸੀ, ਜਿਹਦੇ ਵਿੱਚ ਸਭ ਤੋਂ ਵੱਡਾ ਕੁਐਸਚਨ ਸਟੂਡੈਂਟ ਦਾ ਕਿ ਪਾਸਪੋਰਟ ਸਬਮਿਸ਼ਨ ਰਿਕੁਐਸਟ ਕਿਹੜੇ ਸਟੂਡੈਂਟਸ ਨੂੰ ਮਿਲਣਗੀਆਂ। ਸੋ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਮੁੱਦੇ ਦੇ ਉੱਤੇ। ਔਰ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਸੋ ਦੈਟ ਆਉਣ ਵਾਲੀਆਂ ਕੋਈ ਵੀ ਚੇਂਜਿਸ ਨੇ, ਕਿਸੇ ਤਰ੍ਹਾਂ ਦੀਆਂ ਵੀ ਕੋਈ ਡਿਵੈਲਪਮੈਂਟਸ ਨੇ, ਨਵੀਆਂ ਪਾਲਿਸੀਜ਼ ਨੇ, ਉਹ ਤੁਹਾਡੇ ਤੱਕ ਬਿਲਕੁਲ ਟਾਈਮ ਟੂ ਟਾਈਮ ਪਹੁੰਚਦੀਆਂ ਨੇ। ਸੋ ਗੱਲ ਕਰਦੇ ਹਾਂ ਕੈਨੇਡਾ ਸਟੂਡੈਂਟ ਵੀਜ਼ਾ ਨੂੰ ਲੈ ਕੇ। ਡੈਫੀਨੇਟਲੀ ਬਹੁਤ ਸਾਰੇ ਸਟੂਡੈਂਟਸ ਨੂੰ ਸੈਪਟੈਂਬਰ ਇਨਟੇਕ ਦੇ ਵਿੱਚ AIPs ਮਿਲੇ। ਸੋ ਟੂ ਸਟੇਜ ਵੀਜ਼ਾ ਦੇ ਅੰਦਰ ਆਪਾਂ ਦੇਖਿਆ ਕਿ ਬਹੁਤ ਸਾਰੇ ਸਟੂਡੈਂਟਸ ਦੇ ਰਿਜ਼ਲਟ ਜਿਹੜੇ ਨੇ ਉਹ ਪੋਜ਼ਿਟਿਵ ਆਏ ਨੇ, ਬਹੁਤ ਸਾਰੇ ਸਟੂਡੈਂਟ ਨੂੰ AIP ਮਿਲੇ ਨੇ। ਹੁਣ ਸੈਕਿੰਡ ਸਟੂਡੈਂਟ ਦਾ ਇਹ ਸਵਾਲ ਹੈ ਕਿ ਹੁਣ ਪਾਸਪੋਰਟ ਸਬਮਿਸ਼ਨ ਰਿਕੁਐਸਟ ਕਿਹਨਾਂ ਨੂੰ ਮਿਲਣਗੀਆਂ। ਸੋ ਇਹਦੇ ਉੱਤੇ ਮੈਂ ਪਹਿਲਾਂ ਤਾਂ ਇੱਕ ਕਲੈਰਿਟੀ ਦੇ ਦਿੰਦਾ ਕਿ ਹੁਣ ਬਹੁਤ ਵੱਡੇ ਅਮਾਊਂਟ ਦੇ ਵਿੱਚ, ਬਹੁਤ ਹਿਊਜ ਨੰਬਰਸ ਦੇ ਵਿੱਚ ਸਟੂਡੈਂਟਸ ਨੂੰ ਪਾਸਪੋਰਟ ਸਬਮਿਸ਼ਨ ਰਿਕੁਐਸਟ ਮਿਲ ਰਹੇ ਨੇ। ਸੋ ਨਾਲ ਦੀ ਨਾਲ ਕਿਹੜੇ ਸਟੂਡੈਂਟ ਨੂੰ ਮਿਲਣਗੇ, ਸੋ ਸਭ ਤੋਂ ਪਹਿਲਾਂ ਸਟੂਡੈਂਟ ਦੀ ਪਹਿਲ ਹੋਏਗੀ ਉਹਨਾਂ ਸਟੂਡੈਂਟਸ ਨੂੰ ਮਿਲਣਗੇ ਜਿਨ੍ਹਾਂ ਦੀਆਂ ਫਾਈਲਸ ਬਿਲਕੁਲ 100% ਕੰਪਲੀਟ ਨੇ। ਕੰਪਲੀਟ ਤੋਂ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਨ੍ਹਾਂ ਸਟੂਡੈਂਟਸ ਦੇ ਮੈਡੀਕਲ ਡਨ ਨੇ ਔਰ ਬਾਇਓਮੈਟ੍ਰਿਕਸ ਉਹਨਾਂ ਦੇ ਹੋ ਚੁੱਕੇ ਆ। ਬਿਲਕੁਲ ਜੀ, ਜਿਵੇਂ ਸਟੂਡੈਂਟ ਕਈ ਵਾਰ ਕਈ ਵਿਜ਼ਟਰ ਵੀਜ਼ਾ 'ਤੇ ਉਹਨਾਂ ਨੇ ਟਰੈਵਲ ਕੀਤਾ ਹੁੰਦਾ ਜਾਂ ਪਹਿਲਾਂ ਉਹਨਾਂ ਦੀ ਕੋਈ ਰਿਜੈਕਸ਼ਨ ਆਈ ਹੁੰਦੀ ਹੈ ਜਦੋਂ ਦਾ ਇਹ ਬਾਇਓਮੈਟ੍ਰਿਕ ਦਾ ਸਿਸਟਮ ਸਟਾਰਟ ਹੋਇਆ ਸੀ। ਸੋ ਜਿਨ੍ਹਾਂ ਵੀ ਸਟੂਡੈਂਟ ਦੇ ਕਿਸੇ ਵੀ ਸਿਨੈਰੀਓ ਦੇ ਅੰਡਰ ਬਾਇਓਮੈਟ੍ਰਿਕਸ ਹੋ ਚੁੱਕੇ ਨੇ, ਉਹਨਾਂ ਦੇ ਮੈਡੀਕਲ ਡਨ ਨੇ, ਸੋ ਉਹਨਾਂ ਦੀਆਂ ਫਾਈਲਸ ਨੂੰ ਕੰਪਲੀਟ ਕੰਸਿਡਰ ਕੀਤਾ ਜਾਏਗਾ। ਸੈਕਿੰਡ ਇਹਦੇ ਵਿੱਚ ਜਿਹੜਾ ਪੁਆਇੰਟ ਹੈ ਕਿ ਹੁਣ IRCC ਵੱਲੋਂ ਅਕਤੂਬਰ ਮੰਥ ਦੇ ਵਿੱਚ ਇੱਕ ਲਿਸਟ ਜਾਰੀ ਕੀਤੀ ਗਈ ਸੀ ਜਿਨ੍ਹਾਂ ਦੇ ਵਿੱਚ ਨੰਬਰ ਆਫ ਇੰਸਟੀਟਿਊਸ਼ਨ ਸੀਗੇ ਵੱਖ ਵੱਖ ਪ੍ਰੋਵਿੰਸਾਂ ਦੇ ਜਿਨ੍ਹਾਂ ਦੇ ਰੈਡੀਨੈਸ ਪਲਾਨ ਬਿਲਕੁਲ ਐਕਟਿਵ ਸੀ। ਸੋ ਜਿਨ੍ਹਾਂ ਦੀਆਂ ਫਾਈਲਸ ਕੰਪਲੀਟ ਹੈ ਔਰ ਜਿਨ੍ਹਾਂ ਦੇ DLI ਰੈਡੀਨੈਸ ਪਲਾਨ ਲਿਸਟ ਦੇ ਅੰਦਰ ਨੇ, ਸੋ ਬਿਲਕੁਲ ਉਹ ਸਟੂਡੈਂਟਸ ਨੂੰ ਪਾਸਪੋਰਟ ਸਬਮਿਸ਼ਨ ਰਿਕੁਐਸਟ ਆਉਣਗੇ। ਸੈਕਿੰਡ ਪੁਆਇੰਟ ਹੈ ਕਿ ਹੁਣ ਬਹੁਤ ਸਾਰੇ ਦੋਸਤ ਹੈ ਜਿਨ੍ਹਾਂ ਦੇ DLIs ਇੰਸਟੀਟਿਊਸ਼ਨਸ ਜਿਹੜੇ ਨੇ ਉਹ ਲਿਸਟ ਦੇ ਵਿੱਚ ਨਹੀਂ ਹੈਗੇ। ਸੋ ਬਿਲਕੁਲ ਜੀ, ਨੈਕਸਟ ਜਿਹੜੀ ਹੁਣ ਆਪਾਂ ਨੂੰ ਨੈਕਸਟ ਲਿਸਟ ਮਿਲੇਗੀ ਪ੍ਰੋਬੇਬਲੀ ਉਹ ਸਾਨੂੰ ਨਵੰਬਰ ਦੇ ਸੈਕਿੰਡ ਜਾਂ ਥਰਡ ਵੀਕ ਦੇ ਵਿੱਚ ਮਿਲੇਗੀ। ਬਿਲਕੁਲ ਜੀ, ਆਲਮੋਸਟ ਆਪਾਂ ਨੂੰ 17th of November ਦੇ ਆਸ ਪਾਸ ਉਮੀਦ ਹੈ ਕਿ ਸਾਨੂੰ ਸੈਕਿੰਡ ਲਿਸਟ ਦੇਖਣ ਨੂੰ ਮਿਲੇਗੀ। ਔਰ ਜਿਨ੍ਹਾਂ ਦੋਸਤਾਂ ਦੇ DLI ਪਹਿਲੀ ਲਿਸਟ 'ਚ ਨਹੀਂ ਆਏ ਉਹਨਾਂ ਨੂੰ ਸੈਕਿੰਡ ਲਿਸਟ ਦੇ ਵਿੱਚ ਮਿਲਣ ਦਾ ਚਾਂਸ ਰਹੇਗਾ। ਔਰ ਫਿਰ ਤੁਸੀਂ ਅਗਰ ਬਾਇਓਮੈਟ੍ਰਿਕਸ ਤੁਹਾਡੇ ਡਨ ਹੋਣਗੇ ਤਾਂ ਤੁਸੀਂ ਪਾਸਪੋਰਟ ਸਬਮਿਸ਼ਨ ਰਿਕੁਐਸਟ ਦੇ ਹੱਕਦਾਰ ਹੋ। ਹੁਣ ਪੁਆਇੰਟ ਰਹਿੰਦਾ ਕਿ ਜਿਨ੍ਹਾਂ ਦੇ ਬਾਇਓਮੈਟ੍ਰਿਕ ਨਹੀਂ ਹੋਏ, ਸੋ ਡੈਫੀਨੇਟਲੀ ਜਿੱਥੇ ਤੱਕ ਹੁਣ ਤੱਕ ਤੁਸੀਂ ਇੰਨੀ ਵੇਟ ਕੀਤੀ ਹੈ ਤੁਹਾਨੂੰ ਹਾਲ ਦੀ ਘੜੀ VFS ਦੇ ਓਪਨ ਹੋਣ ਦੀ ਵੇਟ ਕਰਨੀ ਪਏਗੀ। ਸੋ VFS ਦੇ ਉੱਤੇ ਵੀ ਕੈਨੇਡਾ IRCC ਤੇ ਲਗਾਤਾਰ ਟਵੀਟਸ ਆਉਂਦੇ ਨੇ। ਸੋ ਉਮੀਦ ਹੈ ਕਿ ਨਵੰਬਰ ਦੇ ਲਾਸਟ ਤੱਕ ਕੁਛ ਨਾ ਕੁਛ ਅਪਡੇਟ ਜ਼ਰੂਰ ਮਿਲੇ, ਉਸ ਅਕੋਰਡਿੰਗਲੀ ਫਿਰ ਸਟੂਡੈਂਟ ਦੇ ਪਾਸਪੋਰਟ ਸਬਮਿਸ਼ਨ ਰਿਕੁਐਸਟ ਹੋਣਗੇ ਜਦੋਂ ਉਹਨਾਂ ਦੇ ਬਾਇਓਮੈਟ੍ਰਿਕ ਹੋਣਗੇ। ਸੋ ਕਿਸੇ ਤਰ੍ਹਾਂ ਦੇ ਵੀ ਤੁਹਾਡੇ ਕੋਈ ਡਾਊਟਸ ਹੈ ਜਾਂ ਤੁਸੀਂ ਆਪਣੀਆਂ ਐਪਲੀਕੇਸ਼ਨਸ ਨੂੰ ਸਾਡੇ ਨਾਲ ਐਨਰੋਲ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸਾਡੀ ਵੈਬਸਾਈਟ broadwaystudy.com ਤੇ ਵਿਜ਼ਿਟ ਕਰੋ, ਘਰ ਬੈਠੇ ਲਓ ਵੀਡੀਓ ਕਾਲਿੰਗ ਔਰ UK ਕੈਨੇਡਾ ਦੀਆਂ ਐਪਲੀਕੇਸ਼ਨਸ ਨੂੰ ਆਨਲਾਈਨ ਪ੍ਰੋਸੈਸ ਕਰੋ। ਸੋ ਮਿਲਾਂਗੇ ਨੈਕਸਟ ਟਾਈਮ ਕੁਛ ਨਵੀਆਂ ਅਪਡੇਟਸ ਦੇ ਨਾਲ। ਅੱਜ ਲਈ ਮੈਨੂੰ ਦਿਓ ਇਜਾਜ਼ਤ, ਧੰਨਵਾਦ। ਹੈਲੋ ਫਰੈਂਡਸ, ਮੈਂ ਅਮਰਜੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਸੇ। ਕੋਸ਼ਿਸ਼ ਰਹਤੀ ਹੈ ਲੇਟੈਸਟ ਔਰ ਇੰਪੋਰਟੈਂਟ ਇਨਫੋਰਮੇਸ਼ਨ ਐਂਡ ਐਵਰੀ ਇਸ਼ੂ ਰਿਲੇਟਿਡ ਟੂ ਸਟੱਡੀ ਵੀਜ਼ਾ, ਉਸਕੇ ਰਿਲੇਟਿਡ ਆਪਕੋ ਸਾਰੀ ਜਾਣਕਾਰੀਆਂ ਹਮ ਲਗਾਤਾਰ ਦੇਤੇ ਰਹੇ। ਉਸਕੇ ਲੀਏ ਇੰਪੋਰਟੈਂਟ ਹੈ ਕਿ ਆਪ ਇਸ ਚੈਨਲ ਕੋ ਸਬਸਕ੍ਰਾਈਬ ਕਰਕੇ ਰੱਖੇ ਤਾਂ ਕਿ ਹਰ ਲੇਟੈਸਟ ਵੀਡੀਓ ਆਪ ਤੱਕ ਸਭਸੇ ਪਹਿਲੇ ਪਹੁੰਚ ਸਕੇ। ਸੈਕਿੰਡਲੀ, ਬ੍ਰੌਡਵੇ ਇਮੀਗ੍ਰੇਸ਼ਨ ਪ੍ਰੋਵਾਈਡਿੰਗ ਯੂ ਆਨਲਾਈਨ ਸਰਵਿਸਿਜ਼। ਹਮ ਇੰਡੀਆ ਕੀ ਐਸੀ ਪਹਿਲੀ ਕੰਪਨੀ ਹੈ ਜੋ ਆਪਕੋ ऑनलाइन वीडियो काउंसलिंग घर बैठे प्रोवाइड कर रहे हैं। तो आपको सिंपली हमारी वेबसाइट पे जाना है, दैट इज broadwaystudy.com, और वहां पे जाके आप अपनी बेसिक इंफॉर्मेशन थोड़ी सी भरेंगे। उसके बाद OTP रिसीव करने के बाद यू कैन कनेक्ट डायरेक्टली टू आर ऑनलाइन काउंसलर्स, जिनके साथ आप डायरेक्ट वीडियो काउंसलिंग ले सकते हैं बिना रुके, बिना किसी परेशानी के। आपको किसी भी स्टेज पे हमारे ऑफिस विजिट करने की जरूरत नहीं पड़ेगी। आप घर बैठे अपनी एप्लीकेशन को स्टार्ट करने से लेके वीजा तक का सफर हमारे साथ कर सकते हैं। डजंट मैटर यू आर फ्रॉम पंजाब, अदर स्टेट्स ऑफ इंडिया और इवन आउट ऑफ इंडिया, आप सारी सर्विसेज हमारे साथ ऑनलाइन ले सकते हैं। तो आज के लिए इतना, चलते हैं शो की तरफ। ब्रॉडवे तुहाडे विदेश जाण दे सुपनिआं नूं देवेगा हकीकत दी उड़ान।